ਚਲਾ ਗਿਆ ਜੀ। ਵੀਰੋ ਆ 100 ਦਿਨ ਹੋਏ ਨੇ, 3 ਮਹੀਨੇ ਹੋਏ ਨੇ SSF ਬਣੀ ਨੂੰ। ਮੇਰੇ ਕੋਲ 3 ਮਹੀਨਿਆਂ ਦਾ ਡਾਟਾ ਆਇਆ ਪਿਛਲੇ ਸਾਲ ਨਾਲ, 1 ਫਰਵਰੀ, 1 ਮਾਰਚ, 1 ਅਪ੍ਰੈਲ, 1 ਮਈ। ਵੀਰੋ 1 ਮਾਰਚ, 1 ਅਪ੍ਰੈਲ, 1 ਮਈ, 3 ਮਹੀਨੇ ਦਾ ਡਾਟਾ ਆਇਆ। ਜੇ ਪਹਿਲਾਂ ਵਾਲਾ ਹੀ ਹਾਲ ਹੁੰਦਾ ਤਾਂ 3 ਮਹੀਨਿਆਂ 'ਚ 1500 ਤੋਂ ਵੱਧ ਬੰਦੇ ਮਰ ਜਾਂਦੇ। ਪਰ ਵੀਰੋ ਜਿਹੜਾ ਇਸ ਵਾਰ ਡਾਟਾ ਉਹ 249 ਬੰਦੇ, ਸਿਰਫ 1250 ਬੰਦੇ ਦੀ ਜਾਨ ਬਚਾ ਲਈ ਵੀਰੋ, 1250 ਬੰਦੇ ਦੀ ਜਾਨ ਬਚਾ ਲਈ। ਮੈਂ ਕੋਈ ਗਰੰਟੀ ਤਾਂ ਦਿੱਤੀ ਨਹੀਂ ਸੀ। ਇੱਕ ਗਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ, ਆ ਟੋਲ ਪਲਾਜੇ ਵਾਲੇ ਮੇਰੇ ਵੀਰੋ 16 ਬੰਦ ਕਰਤੇ, 3-4 ਤੇ ਹੋਰ ਆਖਿਆ ਮੇਰੀ, ਹੁਣ 3-4 ਹੋਰ ਹੋਣਗੇ ਵੀਰੋ। ਐਵੇਂ ਲੁੱਟੀ ਜਾਂਦੇ ਆ, ਪਤਾ ਕੀ ਆ, ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਨੂੰ 5-5 ਸਾਲ ਹੋ ਗਏ, 6-6 ਸਾਲ ਹੋ ਗਏ, ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣ ਆਇਆ, ਵੀ 200 ਦਿਨ ਤੇਰਾ, 200 ਮੇਰਾ, ਲੁੱਟੀ ਜਾਓ। ਆਪਾਂ ਕਿਹੜਾ ਕਿਤੇ ਪੁੱਛਦੇ ਸੀ ਵੀਰੋ, ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦਿਓ, ਮੈਂ ਕਿਹਾ ਆਪਦਾ ਬੋਰੀ ਬਿਸਤਰਾ ਚੱਕੋ, ਬੜੇ ਵਧਾਉਣ ਦੀ ਗੱਲ ਕਰਦੇ ਹੋ। ਸੋ ਵੀਰੋ ਉਹ ਟੋਲ ਪਲਾਜੇ ਬੰਦ ਕਰਾਉਣ ਨਾਲ 58,77,000, ਜਾਣੀ ਕਿ ਲਗਭਗ 69 ਲੱਖ ਰੁਪਈਆ ਇੱਕ ਦਿਨ 'ਚ ਪੰਜਾਬੀਆਂ ਦਾ ਵੱਧ ਜਾਂਦਾ, ਇੱਕ ਦਿਨ 'ਚ 69 ਲੱਖ ਰੁਪਈਆ। ਸੋ ਵੀਰੋ ਇਹ ਵੇ ਆਪਣੀਆਂ ਪ੍ਰਾਪਤੀਆਂ ਨੇ। ਆ ਪਾਣੀ, ਕੱਸੀਆਂ ਦਾ ਪਾਣੀ, ਪੁਰਾਣੇ ਰਜਵਾਹੇ ਸੂਏ ਪਿੰਡਾਂ ਦੇ ਵਿੱਚ ਵੀਡੀਓ ਆਉਂਦੀਆਂ ਨੇ ਕਿ ਜੀ 25 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਨਹਿਰੀ, ਮੈਂ 30 ਸਾਲ ਬਾਅਦ ਪਾਣੀ ਦੇਖਿਆ ਜੀ, ਤਾਂ ਵੀਡੀਓ ਬਣਾ ਕੇ ਪਾਉਂਦੇ ਆ, ਤੁਸੀਂ ਦੇਖਿਆ ਹੋਣੀਆਂ। ਵੀਰੋ ਸੁਖਬੀਰ ਬਾਦਲ ਜਦੋਂ ਜਿਹੜੇ ਪਿੰਡ 'ਚ ਆਇਆ ਕਰੇ, ਉਹਨੂੰ ਲੋਕ ਕਿਹਾ ਕਰਨ ਤੁਸੀਂ ਕੀ ਕੰਮ ਕੀਤਾ, ਕੰਮ ਤਾਂ ਹੋ ਗਿਆ ਜਿਹੜਾ ਪਾਣੀ ਆ ਗਿਆ, ਤਾਂ ਉਹਨੇ ਆਖਿਆ ਤਾਂ ਯਾਰ ਬਹੁਤ ਵੱਡਾ ਮੁੱਦਾ ਬਣਦਾ ਜਾਂਦਾ। ਉਹਨੇ ਆਪਦੇ ਮੁਲਾਜ਼ਮਾਂ ਤੋਂ ਜਿਹੜੇ ਆਪਦੇ ਭਰਤੀ ਭੁਰਤੀ ਕੀਤੇ ਹੋਣੇ ਉਦੋਂ ਉਹਨਾਂ ਤੋਂ ਕਹਾ ਲਿਆ, ਪਹਿਲਾਂ ਤਾਂ ਉਹਨਾਂ ਨੂੰ ਰੋਟੀ ਰਾਟੀ ਖਵਾਈ, ਕਹਿੰਦੇ ਯਾਰ ਐਂ ਕਹਿ ਦਿਓ ਕਿ ਮੈਥੋਂ ਭਗਵੰਤ ਮਾਨ ਗਲਤ ਅੰਕੜੇ ਲਿਖਾਉਂਦਾ। ਉਹ ਵੀਰੋ ਮੈਂ ਗਲਤ ਅੰਕੜੇ ਲਿਖਾ ਕੇ ਕਿੱਥੇ ਜਾਣਾ, ਮੈਂ ਤਾਂ ਸੱਚ ਦੱਸਦਾ, ਮੈਂ ਤਾਂ ਜਿੰਨਾ ਚਿਰ ਕੰਮ ਹੁੰਦਾ ਨਹੀਂ ਉਹ 'ਚ ਦੱਸਦਾ ਹੀ ਨਹੀਂ ਮੈਂ ਤਾਂ, ਕਿਉਂਕਿ ਇਹ ਕੋਈ ਪ੍ਰਾਪਤੀਆਂ ਥੋੜ੍ਹੀ ਕਰ ਰਹੀਆਂ, ਮੇਰਾ ਫਰਜ਼ ਬਣਦਾ, ਮੇਰਾ ਫਰਜ਼ ਬਣਦਾ ਕਿ ਟੋਲ ਪਲਾਜ਼ਾ ਜਿਹੜੇ ਜਿਹਨਾਂ ਦੇ ਐਗਰੀਮੈਂਟ ਬੰਦ ਹੋ ਗਏ ਉਹਨਾਂ ਨੂੰ ਬੰਦ ਕਰੀਏ, ਮੇਰਾ ਫਰਜ਼ ਹੈ, ਕੋਈ ਸਾਨ ਥੋੜ੍ਹੀ ਹੈ। ਸੋ ਇਸ ਕਰਕੇ ਮੈਨੂੰ ਕੰਮ ਕਰਨ ਦਾ ਚਾਅ ਹੈ ਵੀਰੋ, ਕਿ ਯਾਰ ਕੁਛ ਕਰਕੇ ਦਿਖਾਉਣਾ ਪੰਜਾਬ ਵਾਸਤੇ। ਮੈਂ ਪਹਿਲਾਂ ਪੈਸੇ ਕਮਾਉਣੇ ਹੁੰਦੇ ਫਿਲਮਾਂ ਟੀਵੀਆਂ 'ਚੋਂ ਕਮਾ ਲੈਂਦਾ, ਪਰ ਨਹੀਂ ਵੀਰੋ ਹਾਸੇ ਵੀ ਉਦੋਂ ਚੰਗੇ ਲੱਗਦੇ ਨੇ ਜਦੋਂ ਚੁੱਲ੍ਹਿਆਂ 'ਚ ਅੱਗ ਬਲਦੀ ਹੋਵੇ, ਜੇ ਚੁੱਲ੍ਹੇ ਮੱਠੇ ਪੈ ਜਾਣ, ਸਿਵਿਆਂ ਦੀ ਅੱਗ ਵੱਧ ਜੇ, ਤਾਂ ਫਿਰ ਹਾਸੇ ਕਿਵੇਂ ਚੰਗੇ ਲੱਗਣਗੇ। ਸੋ ਵੀਰੋ ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਐਂ ਰਹਾਂਗੇ। ਇਹਨਾਂ 'ਤੇ ਯਕੀਨ ਨਾ ਕਰਿਓ, ਇਹਨਾਂ ਨੂੰ ਤਾਂ ਉਹ ਹੁਣ ਸੁਖਬੀਰ ਬਾਦਲ ਨੇ ਇੱਕ ਜੀਪ ਦੇ ਉੱਤੇ ਛੱਤ ਲਵਾ ਰੱਖੀ ਹੈ, ਮਤਲਬ ਵੀ ਕਿਉਂਕਿ ਧੁੱਪ ਲੱਗਦੀ ਹੈ, ਪਹਿਲਾਂ ਕਦੇ ਧੁੱਪੇ ਬਾਹਰ ਨਿਕਲੇ ਨਹੀਂ, ਅਤੇ ਆਪਾਂ ਆਏ ਬੋਰ ਦੇ ਟੋਇਆਂ 'ਚੋਂ ਨਿਕਲ ਗਏ ਹਾਂ, ਆਪਾਂ ਥੱਲੋਂ ਆਏ ਹਾਂ ਧਰਤੀ 'ਚੋਂ। ਸੋ ਵੀਰੋ ਟੈਂਪਰੇਚਰ ਪੁੱਛ ਕੇ ਜਾਂਦੇ ਆ, ਟੈਂਪਰੇਚਰ ਪੁੱਛ ਕੇ ਤਾਪਮਾਨ ਕਿੰਨਾ, ਇੰਨਾ ਪੁੱਛ ਕੇ ਬਾਹਰ ਨਿਕਲਦੇ ਆ। ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ? ਇਟਸ 42 ਡਿਗਰੀ। ਓ ਮਾਈ ਗੋਡ, ਇਟਸ ਟੂ ਹੋਟ। ਹੁਣ 42 ਹੈ, ਫਿਰ ਕਹਿੰਦੇ ਆ ਹੁਣ 42 ਹੈ ਨਾ, ਜਦੋਂ 30 ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ। ਇਹ 2 ਘੰਟਿਆਂ ਵਾਸਤੇ ਪੰਜਾਬ ਬਚਾਉਂਦੇ ਆ ਵੀਰੋ, ਇਹਨਾਂ ਨੂੰ ਕੀ ਪਤਾ ਪੰਜਾਬ ਕੀ ਹੁੰਦਾ, ਪੰਜਾਬੀ ਬੋਲਣੀ ਆਉਂਦੀ ਨਹੀਂ। ਜੇ ਪੰਜਾਬੀ ਆਉਂਦੀ ਹੁੰਦੀ 3-4 ਵਾਰੀ ਆਪਣੇ ਸਕੇ ਪਿਓ ਨੂੰ ਐਂ ਥੋੜ੍ਹੀ ਕਹਿੰਦਾ ਕਿ ਮੇਰੇ ਪਿਤਾ ਸਮਾਨ ਨੇ, ਉਹ ਫਿਰ ਉੱਠ ਕੇ ਕਹਿਣਾ ਪੈਂਦਾ ਸੀਗਾ ਬਾਲ ਸਾਹਿਬ ਨੂੰ, ਵੱਡੇ ਬਾਲ ਸਾਹਿਬ ਸਵਰਗਵਾਸੀ ਜਿਹੜੇ ਨੇ ਉਹਨਾਂ ਨੂੰ ਕਹਿਣਾ ਪੈਂਦਾ ਸੀ ਉਹ ਸਮਾਨ ਨਹੀਂ, ਉਹ ਪਿਤਾ ਹੀ ਆ। ਸੋ ਉਦੋਂ ਪੜ੍ਹਾਉਣ ਵੇਲੇ ਪੜ੍ਹਾਇਆ ਨਹੀਂ, ਬਾਅਦ 'ਚ ਹੁਣ ਕੀ ਕਰੀਏ।
ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ। ਸੋ ਆਪਾਂ ਪੜ੍ਹਿਆ ਆਪਾਂ ਸਰਕਾਰੀ ਸਕੂਲਾਂ 'ਚ, ਆਪਾਂ ਤਾਂ ਆਪਣੀ ਬੋਰੀ ਤੇ ਫੱਟੀ ਨਾਲ ਲੈ ਕੇ ਜਾਂਦੇ ਹੁੰਦੇ ਸੀ, ਆਪਣੀ ਕੀ ਰੀਸ ਕਰ ਲੈਣਗੇ। ਸੋ ਵੀਰੋ ਇਹਨਾਂ ਕੋਲ ਕੱਖ ਨਹੀਂ, ਜੇ ਇਹਨਾਂ ਨੇ ਕੁਛ ਕਰਨਾ ਹੁੰਦਾ ਤਾਂ ਗਦਬੀਤ ਕੋਈ ਹੁੰਦਾ ਤਾਂ ਹੁਣ ਤੱਕ ਕਰ ਦਿੰਦੇ। ਦਸ ਦਸ ਸਾਲ ਹਜੇ 25 ਸਾਲ ਤਾਂ ਦੋ ਬੰਦਿਆਂ ਦੀ ਰਾਜ ਰਹਿ ਗਿਆ ਨਾ ਜੀ, ਤੁਸੀਂ ਦੇਖ ਲਓ 25 ਸਾਲ ਤਾਂ ਸਿੱਧੇ ਹੀ ਬਣਦੇ ਆ ਦੋ ਬੰਦਿਆਂ ਦੇ, ਇਹ ਕੈਪਟਨ ਦੇ ਇਹ ਬਾਦਲ ਦੇ, ਅਤੇ 25 ਸਾਲਾਂ 'ਚ ਕੁਛ ਨਹੀਂ ਕਰ ਸਕੇ। ਉਹ ਵੀਰੋ ਘਰੇ ਨਹੀਂ ਬੜੇ, ਉੱਥੇ ਘਰ ਮੁੱਖ ਮੰਤਰੀ ਦਾ ਜਿਹੜਾ ਹੋਰ ਹੈ ਇਹ ਰਹਿੰਦੇ ਸੀ ਪਹਾੜਾਂ 'ਚ, ਇੱਕ ਰਹਿੰਦਾ ਸੁੱਖ ਬਲਾਸ 'ਚ, ਦੂਜਾ ਸਿਸਮਾਂ। ਵੀਰੋ ਪਰਮਾਤਮਾ ਦੀ ਜੇ ਕੋਈ ਦਾਤ ਦੇਤੀ ਨਾ, ਪਰਮਾਤਮਾ ਨੇ ਤੁਹਾਨੂੰ ਕੋਈ ਦਾਤ ਬਖਸ਼ਤੀ ਤਾਂ ਉਹਨੂੰ ਨਾ ਦਰਕਾਰੀ ਦਾ ਨਹੀਂ ਹੁੰਦਾ, ਉਹਨੂੰ ਸਵੀਕਾਰੀ ਦਾ ਹੁੰਦਾ ਕਿ ਤਾਂ ਕਿ ਪਰਮਾਤਮਾ ਤੇਰਾ ਸ਼ੁਕਰਾਨਾ ਹੈ, ਪਰਮਾਤਮਾ ਤੇਰਾ। ਇਹਨਾਂ ਨੇ ਦਰਕਾਰਿਆ, ਇਹਨਾਂ ਨੇ ਮੁੱਖ ਮੰਤਰੀ ਦੇ ਘਰ ਨੂੰ ਦਰਕਾਰਿਆ, ਹੁਣ ਘਰ 'ਚ ਵੜਨ ਨੂੰ ਤਰਸਦੇ ਫਿਰਦੇ ਨੇ ਵੀ ਉਹ ਘਰ ਮਿਲ ਜੇ। ਉਹ ਪਰਮਾਤਮਾ ਕਹਿੰਦਾ ਹੁਣ ਨਹੀਂ ਮਿਲਦਾ ਇਹ, ਹੁਣ ਤਾਂ ਸਤੌਜ ਵਾਲੇ ਮਹਿੰਦਰ ਮਾਟੋਰਾਂ ਕੋਲ ਆ ਗਿਆ, ਇਹ ਤਾਂ ਉਹਨਾਂ ਦੇ ਜਵਾਕਾਂ ਕੋਲ, ਆਮ ਲੋਕਾਂ ਕੋਲ, ਮੁੱਖ ਮੰਤਰੀ ਦੀਆਂ ਮੰਤਰੀਆਂ ਦੀਆਂ ਕੁਰਸੀਆਂ ਆ ਗਈਆਂ, ਬਲਕਾਰ ਜੀ ਬੈਠੇ ਆ, ਬੜੇ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਪੰਜਾਬ ਦੀ ਕੈਬਨਿਟ 'ਚ ਹੈ। ਇਹ ਕੀ ਕਰਦੇ ਸੀ, ਇਹ ਜਿੱਤ ਕੇ ਆਪਣੇ ਮਹਿਲਾਂ ਦੇ ਕੁੰਡੇ ਲਾ ਲੈਂਦੇ ਸੀ ਅੰਦਰੋਂ, ਪਬਲਿਕ ਨਹੀਂ ਆਉਣੀ ਚਾਹੀਦੀ ਨੇੜੇ ਤੜੇ, ਕਹਿੰਦੇ ਯੈਸ ਸਰ। ਅਤੇ ਜਦੋਂ ਜੋ 2 ਮਹੀਨੇ ਵੋਟਾਂ 'ਚ ਰਹਿੰਦੇ ਸੀ ਉਦੋਂ ਖੋਲ੍ਹ ਕੇ ਕਹਿੰਦੇ ਸੀ ਆਓ ਆਪਾਂ ਪੰਜਾਬ ਬਚਾਈਏ, ਇੱਕ ਮੌਕਾ ਹੋਰ ਦਿਓ। ਇਸ ਵਾਰ ਜਦੋਂ ਖੋਲ੍ਹਣ ਲੱਗੇ 2022 'ਚ ਖੁੱਲ੍ਹੇ ਨਾ ਉਹ, ਅੰਦਰੋਂ ਕੁੰਡੀ ਖੋਲ੍ਹ ਲਈ, ਪਰ ਕਹਿੰਦੇ ਖੁੱਲ੍ਹਦਾ ਕਿਉਂ ਨਹੀਂ? ਫਿਰ ਕਿਸੇ ਨੇ ਦੱਸਿਆ, ਕਹਿੰਦੇ ਤਾਂ ਬਾਹਰੋਂ ਲਾ ਗਏ ਸੀਗੇ ਲੋਕ ਜੀ, ਇਸ ਕਰਕੇ ਹੁਣ ਤੁਸੀਂ ਅੰਦਰ ਹੀ ਰਹੋ। ਸੋ ਉੱਥੇ ਹੀ ਰਹਿਣ ਕੇ ਆਉਣੇ, ਇਹਨਾਂ ਤੋਂ ਕੋਈ ਉਮੀਦ ਨਾ ਕਰਿਓ। ਮੈਂ ਤੁਹਾਨੂੰ ਇਹੀ ਕਹਿਣ ਆਇਆ, ਮੈਨੂੰ ਲੱਗਦਾ ਨਹੀਂ ਮੇਰੇ ਬੋਲਣ ਦੀ ਲੋੜ ਹੈ, ਕਿਉਂਕਿ ਰਿਵਰਸ ਮਾਈਗ੍ਰੇਸ਼ਨ ਕਹਿੰਦੇ ਆ ਜਿਹੜੀ ਇਹ ਭਾਅ ਜੀ ਦੱਸ ਕੇ ਗਏ ਇੰਗਲੈਂਡ ਵਾਲੇ ਕਿ ਇਹ ਰਿਵਰਸ ਮਾਈਗ੍ਰੇਸ਼ਨ ਹੈ। ਇਹ ਕੋਈ ਸ਼ੌਂਕ ਨੂੰ ਨਹੀਂ ਗਏ ਸੀ, ਸਿਸਟਮ ਤੋਂ ਰੁੱਸ ਕੇ ਗਏ ਸੀ ਕਿ ਯਾਰ ਕੁਛ ਤਾਂ ਕਰਨਾ ਹੀ ਹੈ, ਚਲੋ ਚੱਲੀਏ ਬਾਹਰ ਨਿਕਲਣੇ। ਮਿਹਨਤਾਂ ਕੀਤੀਆਂ ਉੱਥੇ ਜਾ ਕੇ, 20-20 ਘੰਟੇ ਨੇ ਸ਼ਿਫਟਾਂ ਲਾਈਆਂ ਪੰਜਾਬੀਆਂ ਨੇ 20-20 ਘੰਟੇ ਸ਼ਿਫਟਾਂ ਲਾ ਕੇ ਉੱਥੇ ਕਾਮਯਾਬੀਆਂ ਹਾਸਲ ਕੀਤੀਆਂ। ਜੇ ਕਿਤੇ ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਲਗਾਤਾਰ ਪ੍ਰਚਾਰ ਦੇ ਵਿੱਚ ਪੂਰੀ ਤਾਕਤ ਚੋਕੀ ਜਾ ਰਹੀ ਹੈ, ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲਗਾਤਾਰ ਮੁੱਖ ਮੰਤਰੀ ਮਾਨ ਰੋਡ ਸ਼ੋਅ ਕੱਢ ਰਹੇ ਨੇ। ਰੁੱਖ ਕਰਾਂਗੇ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ। ਪੰਜਾਬ ਦੇ 412 ਉਮੀਦਵਾਰਾਂ ਦੇ ਕਾਗਜ਼ ਮਨਜ਼ੂਰ ਹੋ ਗਏ ਨੇ, 164 ਦੀਆਂ ਐਪਲੀਕੇਸ਼ਨ ਰਿਜੈਕਟ ਕੀਤੀਆਂ ਗਈਆਂ ਨੇ, 22 ਉਮੀਦਵਾਰ ਦਰਅਸਲ ਕਾਗਜ਼ ਵਾਪਸ ਲਏ ਨੇ। ਤੁਹਾਨੂੰ ਦੱਸ ਦਈਏ ਕਿ ਕੁੱਲ 598 ਉਮੀਦਵਾਰਾਂ ਦੇ ਨਾਮਜ਼ਦਗੀ ਜਿਹੜੀ ਕਿ ਦਾਖਲ ਕੀਤੀ ਗਈ ਸੀ, ਜਿਸ ਦੇ ਵਿੱਚੋਂ 412 ਉਮੀਦਵਾਰਾਂ ਦੇ ਕਾਗਜ਼ ਮਨਜ਼ੂਰ ਹੋ ਗਏ ਨੇ, 164 ਐਪਲੀਕੇਸ਼ਨ ਰੱਦ ਹੋਈਆਂ ਨੇ, 22 ਉਮੀਦਵਾਰਾਂ ਦੇ ਵੱਲੋਂ ਆਪਣੇ ਕਾਗਜ਼ ਵਾਪਸ ਲਏ ਗਏ ਨੇ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜੀ ਕਿ ਵੋਟਿੰਗ ਹੋ ਰਹੀ ਹੈ, 1 ਜੂਨ ਨੂੰ ਪੰਜਾਬ ਦੇ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਦਰਅਸਲ 14 ਤਰੀਕ ਨਾਮਜ਼ਦਗੀਆਂ ਦੀ ਆਖਰੀ ਤਰੀਕ ਸੀ, ਉਸ ਤੋਂ ਬਾਅਦ 'ਚ ਪੜਤਾਲ ਹੋਈ ਅਤੇ ਹੁਣ ਇਹ ਪਿਕਚਰ ਬਿਲਕੁਲ ਸਾਫ਼ ਹੋ ਗਈ ਹੈ ਕਿ ਪੰਜਾਬ ਦੇ ਵਿੱਚ 412 ਉਮੀਦਵਾਰਾਂ ਦੇ ਕਾਗਜ਼ ਮਨਜ਼ੂਰ ਹੋਏ ਨੇ, ਯਾਨੀ ਕਿ ਪੂਰੇ ਪੰਜਾਬ ਦੇ ਸੂਬੇ ਦੇ ਵਿੱਚ 412 ਉਮੀਦਵਾਰ ਜਿਹੜੇ ਕੈਂਡੀਡੇਟਸ ਨੇ ਆਪਣੀ ਕਿਸਮਤ ਅਜਮਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕਿ 164 ਦੀ ਐਪਲੀਕੇਸ਼ਨ ਰਿਜੈਕਟ ਹੋਈਆਂ ਨੇ, 22 ਉਮੀਦਵਾਰਾਂ ਦੇ ਵੱਲੋਂ ਆਪਣੇ ਕਾਗਜ਼ ਵਾਪਸ ਲਏ ਗਏ। ਦਰਅਸਲ ਕੁੱਲ 598 ਉਮੀਦਵਾਰਾਂ ਨੇ ਨਾਮਜ਼ਦਗੀ ਦਾਖਲ ਕੀਤੀ ਸੀ। ਉੱਥੇ ਅੰਮ੍ਰਿਤਪਾਲ ਨੂੰ ਚੋਣ ਨਿਸ਼ਾਨ ਮਿਲ ਗਿਆ, ਅੰਮ੍ਰਿਤਪਾਲ ਦਾ ਚੋਣ ਨਿਸ਼ਾਨ ਹੋਵੇਗਾ ਮਾਈਕ। NSA ਦੇ ਤਹਿਤ ਦਰਅਸਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅੰਮ੍ਰਿਤਪਾਲ, ਖਡੂਰ ਸਾਹਿਬ ਤੋਂ ਆਜ਼ਾਦ ਜੋ ਕਿ ਚੋਣ ਲੜ ਰਹੇ ਨੇ, ਤਾਂ ਇਸ ਦੇ ਵਿਚਾਲੇ ਅੰਮ੍ਰਿਤਪਾਲ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਚੋਣ ਨਿਸ਼ਾਨ ਮਿਲ ਚੁੱਕਾ ਹੈ ਅੰਮ੍ਰਿਤਪਾਲ ਨੂੰ, ਅੰਮ੍ਰਿਤਪਾਲ ਦਾ ਚੋਣ ਨਿਸ਼ਾਨ ਹੋਵੇਗਾ ਮਾਈਕ। ਅੰਮ੍ਰਿਤਪਾਲ ਦਰਅਸਲ ਪਿਛਲੇ ਦਿਨਾਂ ਦੇ ਦੌਰਾਨ ਹੀ ਅੰਮ੍ਰਿਤਪਾਲ ਦੇ ਪਰਿਵਾਰ ਦੇ ਵੱਲੋਂ ਬਕਾਇਦਾ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਅੰਮ੍ਰਿਤਪਾਲ ਦੇ ਵੱਲੋਂ ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ ਜਾਵੇਗੀ। ਉਸ ਤੋਂ ਬਾਅਦ ਚੋਣ ਨਾਮਜ਼ਦਗੀ ਦਾਖਲ ਕੀਤੀ ਜਾਂਦੀ ਹੈ ਪਰਿਵਾਰ ਦੇ ਵੱਲੋਂ,
ਉਸ ਦੇ ਬਾਅਦ ਉਹਨਾਂ ਦੀ ਨਾਮਜ਼ਦਗੀ ਮਨਜ਼ੂਰ ਹੁੰਦੀ ਹੈ ਅਤੇ ਹੁਣ ਉਹਨਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਚੋਣ ਨਿਸ਼ਾਨ ਅੰਮ੍ਰਿਤਪਾਲ ਨੂੰ ਮਿਲ ਚੁੱਕਾ ਹੈ। ਅੰਮ੍ਰਿਤਪਾਲ ਦਾ ਚੋਣ ਨਿਸ਼ਾਨ ਹੋਵੇਗਾ ਮਾਈਕ। ਦਰਅਸਲ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅੰਮ੍ਰਿਤਪਾਲ ਅਤੇ ਜੇਲ੍ਹ ਤੋਂ ਹੀ ਅੰਮ੍ਰਿਤਪਾਲ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਨੇ। ਹੁਣ ਗੱਲ ਕਰਦੇ ਹਾਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਦੇ ਉਸ ਬਿਆਨ ਦੀ, ਜਿਸ ਦੇ ਵਿੱਚ ਉਹਨਾਂ ਵਿਰੋਧ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ, ਜਿਸ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਵਾਲ ਚੁੱਕਣ ਤੇ ਉਹਨਾਂ ਸਫਾਈ ਵੀ ਦਿੱਤੀ ਹੈ। ਔਰ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਘਦਾ ਇੱਥੇ ਪਾਂਡਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਪਾਉਣੇ, ਛਿੱਤਰ ਦੇਖਿਓ ਇੱਧਰ ਕਿੱਦਾਂ। ਇੱਕ ਪਾਸੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਹੰਸਰਾਜ ਹੰਸ ਦਾ ਇਹ ਬਿਆਨ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ ਕਰ ਗਿਆ। ਦਰਅਸਲ ਭਾਜਪਾ ਉਮੀਦਵਾਰ ਹੰਸਰਾਜ ਹੰਸ ਫਰੀਦਕੋਟ ਦੇ ਵਿੱਚ ਜਨ ਸਭਾ ਕਰ ਰਹੇ ਸਨ ਤੇ ਇਸ ਦੌਰਾਨ ਇਹ ਬਿਆਨ ਦਿੱਤਾ, ਜਿਸ ਤੇ ਕਿਸਾਨਾਂ ਨੇ ਮੋਰਚਾ ਖੋਲਣ ਦੇ ਵਿੱਚ ਦੇਰੀ ਨਹੀਂ ਕੀਤੀ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਕੀ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਹੰਸਰਾਜ ਹੰਸ ਸਾਨੂੰ ਦੇਖਣ ਵਾਲੇ ਕੌਣ ਹੁੰਦੇ ਨੇ। ਜਿਹੜੇ ਇਹ ਆਉਣਗੇ ਜੁੱਤੀਆਂ ਮਾਰਾਂਗੇ, 1 ਤਰੀਕ ਨੂੰ ਵੋਟਾਂ ਪਾਓ, 2 ਨੂੰ ਮੈਂ ਦੇਖੂੰਗਾ, ਉਹ ਤੁਸੀਂ ਸਾਨੂੰ ਕੀ ਦੇਖ ਲਓਗੇ? ਅਸੀਂ ਪੰਜਾਬੀ ਹਾਂ, ਦੂਜੇ ਸਿੱਖ ਹਾਂ, ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ। ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂੰਗਾ, ਮੋਦੀ ਨੇ ਬਥੇਰਾ ਕੁਛ ਸਾਡੇ ਲਈ ਕੀਤਾ, ਰੋੜੇ ਕੱਢੇ, ਸਾਡੇ 'ਤੇ ਗੋਲੀਆਂ ਭਰਾਈਆਂ, ਪਰ ਕੁਛ ਨਹੀਂ ਕਰ ਸਕੇ। ਆਖਰ ਨੂੰ ਗਲਤੀ ਮੰਨ ਕੇ ਉਹਨੇ 3 ਕਾਲੇ ਕਾਨੂੰਨ ਵਾਪਸ ਲਏ ਸੀਗੇ। ਇਸ ਲਈ ਇਹੋ ਜਿਹੀਆਂ ਗੱਲਾਂ, ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਇਹ ਇਨਸਲਟ ਸਹਿਣ ਵਾਲੇ ਬੰਦੇ ਨਹੀਂ ਪੰਜਾਬੀ, ਪਿਆਰ ਨਾਲ ਕੁਛ ਕਰਵਾ ਲਓ, ਪਰ ਜੇ ਸਾਨੂੰ ਕੋਈ ਧੱਕੇ ਨਾ ਕਹੂਗਾ ਅਸੀਂ ਦਬਣ ਵਾਲੇ ਨਹੀਂ, ਅਸੀਂ ਵਿਰੋਧ ਕਰਾਂਗੇ। ਬਿਆਨ ਨੂੰ ਲੈ ਕੇ ਵਿਰੋਧ ਹੋਇਆ ਤਾਂ ਹੰਸਰਾਜ ਹੰਸ ਨੇ ਸਫਾਈ ਵੀ ਦਿੱਤੀ ਤੇ ਕੁਝ ਲੋਕਾਂ ਤੇ ਆਪਣੇ ਵਰਕਰ ਅਤੇ ਉਸਦੇ ਪਰਿਵਾਰ ਨੂੰ ਗਾਲਾਂ ਕੱਢਣ ਦੇ ਵੀ ਇਲਜ਼ਾਮ ਲਗਾਏ। ਨਹੀਂ, ਉਹ ਲੋਕਾਂ ਨੂੰ ਲੱਗਾ ਹੀ ਆ, ਐਕਚੁਅਲੀ ਕ੍ਰਿਸ਼ਨ ਨਾਂ ਦਾ ਬੰਦਾ ਸੀ, ਉਹਨੇ ਇੱਦਾਂ ਮੀਟਿੰਗ ਕਰਾਉਣੀ ਸੀ ਜਿੱਦਾਂ ਅੱਜ ਹੋਈ। ਉਹਦੀ ਬੇਟੀ ਨੂੰ ਗਾਲਾਂ ਕੱਢੀਆਂ, ਉਹਦੀ ਮਾਂ ਨੂੰ ਗਾਲਾਂ ਕੱਢੀਆਂ, ਉਹਨੂੰ ਕਿਹਾ ਤੇਰੇ ਕੋਠੇ ਨੂੰ ਵੀ ਅੱਗ ਲਾ ਦਾਂਗੇ ਜੇ ਹੰਸਰਾਜ ਹੰਸ ਨੂੰ ਬੁਲਾਇਆ। ਉਹ ਗਲ ਲੱਗ ਕੇ ਜਦੋਂ ਮੇਰੇ ਰੋਇਆ ਤੇ ਮੈਂ ਇਹੋ ਹੀ ਕਿਹਾ ਕਿ ਨੀਲੀ ਛੱਤ ਵਾਲਿਆਂ ਤੋਂ ਡਰੋ, ਰੱਬ ਤੋਂ ਡਰੋ, ਰੱਬ ਤੋਂ ਡਰੋ। ਕਹਿੰਦੇ ਤੁਸੀਂ 4 ਤਰੀਕ ਦੇ ਨਤੀਜੇ ਤੋਂ ਵੀ ਪਹਿਲਾਂ ਕਿ 1 ਨੂੰ ਵੋਟਾਂ ਪੈ ਜਾਣ, ਉਹ ਤੋਂ ਬਾਅਦ ਦੇਖਾਂਗੇ ਕਿਹੜਾ ਖੜਦਾ, ਇਸ ਤਰ੍ਹਾਂ ਦੇ ਭਾਵ ਵਰਤ ਕੇ ਦੇਖਾਂਗੇ। ਮੈਂ ਕਿਹਾ ਸੀ ਉਹ ਨਾਂ ਨੂੰ ਲਿਖ ਲਓ, ਕਾਨੂੰਨ ਆਪਣੀ ਮਰਜ਼ੀ ਕਰੇਗਾ, ਮੇਰੇ ਤੋਂ ਵੱਸ ਨਹੀਂ ਚੱਲਦਾ। ਸਫਾਈ ਦੇ ਨਾਲ ਹੰਸਰਾਜ ਹੰਸ ਨੇ ਆਪਣੇ ਵਿਰੋਧ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਸਗੋਂ ਜਥੇਬੰਦੀਆਂ ਨੇ, ਜੋ ਵਰਕਰਾਂ ਦੇ ਨਾਲ ਨਾਲ ਉਹਨਾਂ ਦੇ ਬੇਟੇ ਦਾ ਵੀ ਵਿਰੋਧ ਕਰ ਰਹੀਆਂ ਨੇ। ਕਿਸਾਨ ਨਾ ਕਿਉਂ ਕਹਿੰਦੇ ਆ, ਕਿਸਾਨ ਨਹੀਂ ਹੈ, ਕਿਸਾਨ ਨਹੀਂ, ਜਥੇਬੰਦੀਆਂ ਕੁਛ ਉਹਨਾਂ ਨੂੰ ਆਪਾਂ ਬੈਠਾਂਗੇ, ਉਹਨਾਂ ਦਾ ਜਦੋਂ ਜਿੱਤ ਗਿਆ ਉਹਨਾਂ ਨੂੰ ਕਹਾਂਗੇ ਭਰਾ ਹੁਣ ਦੱਸੋ ਕੀ ਪ੍ਰੋਬਲਮ ਹੈ ਤੁਹਾਡਾ। ਮੈਂ 1000 ਵਾਰੀ ਤਾਂ ਕਿਹਾ ਮੈਂ ਤੁਹਾਡਾ ਵਿਚੋਲਾ ਬਣੂੰਗਾ, ਕੱਲ੍ਹ ਵੀ ਮੈਂ ਕਿਹਾ ਜਿਹੜਾ ਤੁਸੀਂ ਕਹਿੰਦੇ ਬਦਲੋ, ਮੈਂ ਕੋਈ ਧਮਕੀ ਨਹੀਂ ਦਿੱਤੀ, ਮੈਂ ਕਿਹਾ ਮੈਨੂੰ ਜੋ ਮਰਜ਼ੀ ਕਹਿ ਲਓ, ਮੇਰੇ ਮਾਂ ਪਿਓ ਨੂੰ ਨਾ ਕਦੇ ਕੁਛ ਕਹੋ, ਬੱਚਿਆਂ ਨੂੰ ਨਾ। ਮੇਰਾ ਬੇਟਾ ਆਇਆ ਸੀ ਪ੍ਰਚਾਰ ਕਰਨ, 400-500 ਬੰਦੇ ਨੇ ਕਹਿ ਲਓ ਵਿਚਾਰੇ, ਮੈਂ ਕਿਹਾ ਤੂੰ ਨਾ ਹੀ ਆਇਆ ਕਰ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਹੁਣ ਤੱਕ ਹੰਸਰਾਜ ਹੰਸ ਦੇ ਪ੍ਰਚਾਰ ਦਾ ਰਾਹ ਸੌਖਾ ਨਹੀਂ ਰਿਹਾ। ਵੱਖ ਵੱਖ ਥਾਵਾਂ 'ਤੇ ਉਹਨਾਂ ਦਾ ਭਾਰੀ ਵਿਰੋਧ ਹੋਇਆ ਤੇ ਬੀਤੇ ਦਿਨੀ ਉਹਨਾਂ ਦੇ ਇਸ ਬਿਆਨ 'ਤੇ ਕਿਸਾਨ ਜਥੇਬੰਦੀਆਂ ਨੇ ਇਤਰਾਜ਼ ਜਤਾਇਆ, ਜਿਸ 'ਤੇ ਉਹਨਾਂ ਸਫਾਈ ਵੀ ਦਿੱਤੀ ਹੈ। ਫਰੀਦਕੋਟ ਤੋਂ ਨਪਿੰਦਰ ਸਿੰਘ ਬਰਾੜ, News 18 ਪੰਜਾਬ। ਉਧਰ ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨ ਭਾਵੇਂ BJP ਦੇ ਲੀਡਰਾਂ ਨੂੰ ਤੰਗ ਕਰ ਲੈਣ ਪਰ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਦੂਜੇ ਪਾਸੇ ਕਿਸਾਨਾਂ ਦਾ ਇਲਜ਼ਾਮ ਹੈ ਕਿ BJP ਨੇ ਉਹਨਾਂ ਦੇ ਹੱਕ ਖਾਧੇ ਨੇ।
ਨੁਕਸਾਨ ਬੀਜੇਪੀ ਆਪਣਾ ਨੁਕਸਾਨ ਚੱਲੂਗੀ ਸਾਹਿਬ ਵੀ ਅਸੀਂ ਰਾਜਨੀਤਿਕ ਲੜਾਈ ਲੜ ਰਹੇ ਕਿ ਲੋਕਾਂ ਦਾ ਕੀ ਕਸੂਰ ਹੈ ਨੁਕਸਾਨ ਹੋਊਗਾ ਲੋਕਾਂ ਦਾ ਤੁਸੀਂ ਆਹ ਸਵਾਲ ਪੁੱਛ ਰਹੇ ਤੁਸੀਂ ਉਹਨਾਂ ਨੂੰ ਪੁੱਛੋ ਸਾਹਿਬ ਰੋਜ਼ ਦੀਆਂ ਕੱਲ ਤੁਸੀਂ ਅਖਬਾਰ ਪੜ੍ਹਿਆ ਰੇਲਵੇ ਡਿਪਾਰਟਮੈਂਟ ਨੇ ਕਿਹਾ ਰੋਜ਼ ਦੀਆਂ 69 ਗੱਡੀਆਂ ਸੀ ਡਾਇਵਰਟ ਕਰ ਰਹੇ ਹਾਂ 5-5, 7-7 ਘੰਟੇ ਦਾ ਡਿਲੇ ਹੋ ਰਿਹਾ ਮੇਰੀ ਬੇਨਤੀ ਹੈ ਤੁਸੀਂ ਬੀਜੇਪੀ ਦਾ ਕਰੋ ਵਿਰੋਧ ਮੈਂ ਬਿਲਕੁਲ ਨਹੀਂ ਤੁਹਾਨੂੰ ਟੋਕਦਾ ਨਾ ਹੀ ਤੁਹਾਨੂੰ ਕੋਈ 10 ਕਰੋੜ ਰੁਪਏ ਦਿੰਦਾ ਨਾ ਹੀ ਅਸੀਂ ਦੇਣੇ ਨਾ ਹੀ ਕੋਈ ਤੁਹਾਨੂੰ ਦੇਊਗਾ ਸੋ ਇਹ ਗੱਲਾਂ ਕਰਨੀਆਂ ਬੰਦ ਕਰੋ ਤੁਸੀਂ ਸਟੇਜ ਲਾਓ ਬੀਜੇਪੀ ਦੇ ਖਿਲਾਫ ਪ੍ਰਚਾਰ ਕਰੋ ਸਾਰਾ ਕੁਝ ਕਰੋ ਪਰ ਲੋਕਾਂ ਨੂੰ ਤੰਗ ਕਰਨਾ ਬੰਦ ਉਹਨਾਂ ਨੇ ਇੱਕ ਗੱਲ ਕਹੀ ਸੀ ਭਈ ਉਹ 2014 ਚ ਆਏ ਉਦੋਂ ਕਣਕ ਤੇ ਝੋਨਾ 32,000 ਕਰੋੜ ਰੁਪਏ ਦਾ ਪੰਜਾਬ ਵਿੱਚ ਵਿਕਿਆ ਸੀ ਤੇ ਹੁਣ 2024 ਵਿੱਚ ਇਹੀ 70,000 ਕਰੋੜ ਦਾ ਵਿਕਿਆ ਸਾਡਾ ਇਹ ਕਹਿਣਾ ਵੀ ਉਹਨਾਂ ਨੇ A2+FL ਦੇ ਹਿਸਾਬ ਨਾਲ ਇਹ ਪਾ ਮਿਥਿਆ ਉਹਨਾਂ ਦਾ ਵਾਅਦਾ ਸੀ C2+50% ਦਾ ਜੇ C2+50% ਦੇ ਹਿਸਾਬ ਨਾਲ ਦਿੰਦੇ ਤਾਂ ਅੱਜ ਇਹੀ 73,000 ਕਰੋੜ ਦਾ ਇਹ ਸਾਡੀ ਦੋਵੇਂ ਫਸਲਾਂ ਹੋਣੀਆਂ ਸੀ ਇਹ 1 ਸਾਲ ਵਿੱਚ 3,000 ਕਰੋੜ ਰੁਪਇਆ ਸਾਡਾ ਉਹ ਰਗੜ ਗਏ ਇਹਦੇ ਪਹਿਲਾਂ ਹਰ ਸਾਲ ਵਿੱਚ ਜਿਹੜਾ A2+FL ਨਾਲ ਸਾਨੂੰ ਘਾਟਾ ਪੈਂਦਾ ਰਿਹਾ ਉਹ ਅਲੱਗ ਇਹ ਉਹਨਾਂ ਨੇ ਕਿਉਂ ਨਹੀਂ ਸਪਸ਼ਟ ਕੀਤਾ ਤਾਂ ਇਸ ਵਾਰ ਪਲਟਵਾਰ ਦੇ ਵਿਚਾਲੇ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਹਲਕਾ ਬੱਲੂਵਾਲਾ ਦੇ ਵਿੱਚ ਫਿਰੋਜ਼ਪੁਰ ਤੋਂ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਉੱਥੇ ਹੀ ਹਲਕਾ ਜ਼ੀਰਾ ਦੇ ਵਿੱਚ ਖਡੂਰ ਸਾਹਿਬ ਤੋਂ ਜੋ ਬੀਜੇਪੀ ਦੇ ਉਮੀਦਵਾਰ ਨੇ ਮਨਜੀਤ ਸਿੰਘ ਮੰਨਾ ਉਹਨਾਂ ਦੇ ਖਿਲਾਫ ਵੀ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਵਿਰੋਧ ਕੀਤਾ ਤਾਂ ਬਠਿੰਡਾ ਤੋਂ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹਲਕਾ ਤਲਵੰਡੀ ਸਾਬੋ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਪਰਮਪਾਲ ਕੌਰ ਦਾ ਕਿਸਾਨਾਂ ਨੇ ਵਿਰੋਧ ਕੀਤਾ ਇਸੇ ਤਰ੍ਹਾਂ ਹਲਕਾ ਚੱਬੇਵਾਲ ਦੇ ਵਿੱਚ ਹੁਸ਼ਿਆਰਪੁਰ ਤੋਂ ਜੋ ਬੀਜੇਪੀ ਦੇ ਉਮੀਦਵਾਰ ਨੇ ਅਨੀਤਾ ਸੋਮ ਪ੍ਰਕਾਸ਼ ਉਹਨਾਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ 4 ਤਸਵੀਰਾਂ ਵਿਖਾ ਰਹੇ ਹਾਂ 4 ਤਸਵੀਰਾਂ ਬੀਜੇਪੀ ਉਮੀਦਵਾਰਾਂ ਦੀਆਂ ਨੇ ਜਿਨ੍ਹਾਂ ਨੂੰ ਵੱਖ ਵੱਖ ਹਲਕਿਆਂ ਦੇ ਵਿੱਚ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਕਿਸਾਨੀ ਝੰਡੇ ਉਹਨਾਂ ਦੇ ਹੱਥਾਂ ਦੇ ਵਿੱਚ ਸਨ ਅਤੇ ਇਸੇ ਦੌਰਾਨ ਇਹਨਾਂ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਨਾਅਰੇਬਾਜ਼ੀ ਕੀਤੀ ਗਈ